ਦੇ ਰੰਗ ਦੇ ਗਿਣੋ ਹੀ ਚੀਜ਼ ਦੇ ਵਿੱਚ ਹਿਕਮਾ ਤੇ ਮੈਂ ਦੱਸੇ ਨਾ ਵੀਡੀਓ ਪੂਰੀ ਦੇਖ ਸੋ ਅਗਰ ਵੀਡੀਓ ਪੂਰੀ ਦੇਖ ਸੋ ਤਾਂ ਅੱਜ ਤੁਹਾਨੂੰ ਇੱਕ ਨਵੀਂ ਚੀਜ਼ ਦਿਸਾਵਾਂ ਵਾਲਾ ਵੀਡੀਓ ਕੋ ਸਕਿਪ ਨਹੀਂ ਕਰਨਾ ਅਸਲਾਮ ਵਾਲੇਕੁਮ ਦੋਸਤੋ ਸਾਗ ਕਨੇ ਤੁਸੀਂ ਚੰਗੀ ਤਰ੍ਹਾਂ ਮੈਂ ਵਾਕਿਫ ਹੋ ਸਾਗ ਖੰਭਦੇ ਵੀ ਸਾਰਾ ਸਿਆਲਾ ਹੋ ਲੇਕਿਨ ਅੱਜ ਗੱਲ ਸਾਗ ਦੀ ਨਹੀਂ ਥੀਵਣੀ ਅੱਜ ਗੱਲ ਥੀਂਦੀ ਪਈ ਹੈ ਸਾਗ ਦੇ ਹਮਸਾਏ ਦੀ ਸਾਗ ਦੇ ਭੈਣੀ ਭਰਾਵੇਂ ਦੀ ਕਿ ਸਾਗ ਤਾਂ ਤੁਸੀਂ ਸਾਰਾ ਸਿਆਲਾ ਖੰਭਦੇ ਵੀ ਰਹਿ ਗਏ ਮਾਸ਼ਾ ਅੱਲਾ ਇੰਜੋਏ ਵੀ ਕਰਦੇ ਰਹਿ ਗਏ ਮਹਿਮਾਨ ਸਜਾਉਂਦੇ ਰਹਿ ਗਏ ਸਾਗ ਤੇ ਚਿੜੜੇ ਇੰਜੋਏ ਕਰਤੇ ਹੁਣ ਇੱਕ ਐਸਾ ਸਾਲਨ ਦੱਸੇ ਸਾਂ ਕਿ ਕਿਆ ਹੀ ਬਾਤ ਯਾਰ ਹੁਣ ਦੇ ਬਣਾਉਣ ਦਾ ਤਰੀਕਾ ਵੀ ਦੱਸਦੇ ਸਾਂ ਇਹ ਪਰੇਸ਼ਾਨ ਨਹੀਂ ਸੀ ਹੋਣਾ ਕਿ ਯਾਰ ਦਸਾ ਤਾਂ ਦਿੱਤੇ ਵੇ ਸਾਲਨ ਦਾ ਲੇਕਿਨ ਬਣਾਇਆ ਕਿਵੇਂ ਮੈਂ ਦੇ ਉਹ ਵੀ ਦੱਸੇ ਸਾਂ ਹੁਣ ਦਾ ਟੇਸਟ ਤੱਕ ਮੈਂ ਇਤਨਾ ਦਸਾ ਰਿਹਾ ਵਾਂ ਕਿ ਬਿਲਕੁਲ ਸੁਹਾਂਜਣੇ ਦੇ ਸਾਲਨ ਦੀ ਤਰ੍ਹਾਂ ਹੁੰਦੇ ਜਿਵੇਂ ਸੁਹਾਂਜਣਾ ਤੁਸੀਂ ਖਮ ਦਿਉ ਤਕਰੀਬਨ ਹੁਣ ਦਾ ਟੇਸਟ ਵੀ ਉਵੇਂ ਹੀ ਹੁੰਦੇ ਅਤੇ ਉਹ ਆਪਾਂ ਜੁਲਦੇ ਹਾਂ ਤੁਹਾਨੂੰ ਦਿਖੇਂਦੇ ਹਾਂ ਵੀ ਅੱਜ ਤੁਸੀਂ ਕਿਹੜੀ ਸ਼ਹਿਰ ਦਾ ਸਾਲਨ ਆਪਣੇ ਘਰ ਦੇ ਅੰਦਰ ਪਕਾਵਣੇ ਔਰ ਹੂਕੂ ਇੰਜੋਏ ਕਰਨੇ ਟੇਸਟ ਕਰਨੇ ਸ਼ਹਿਰਾਂ ਦੇ ਅੰਦਰ ਸ਼ਾਇਦ ਮੁਸ਼ਕਿਲ ਨਾਲ ਮਿਲੀ ਲੇਕਿਨ ਦਿਹਾਤਾਂ ਦੇ ਅੰਦਰ ਆਸਾਨੀ ਦੇ ਨਾਲ ਅਵੇਲੇਬਲ ਹੈ ਪਿਆ ਅਤੇ ਦਿਹਾਤੀ ਅਤੇ ਹੁਕੂਮ ਫੁੱਲ ਸ਼ਾਇਦ ਕੁਝ ਦਿਹਾਤੀ ਹੁਕੂਮ ਇੰਜੋਏ ਕੀਤੇ ਵੀ ਖੜੇ ਹੋਣ ਖਾਧੇ ਵੀ ਖੜੇ ਹੋਣ ਲੇਕਿਨ ਅਗਰ ਨਹੀਂ ਖਾਧਾ ਤਾਂ ਪਹਿਲੀ ਦਫ਼ਾ ਤੁਸੀਂ ਇਹ ਟੇਸਟ ਜ਼ਰੂਰ ਕਰੇ ਸੋ ਬੜੇ ਸੋ ਔਰ ਕਮੈਂਟਸ ਜ਼ਰੂਰ ਦੱਸੇ ਸੋ ਕਿ ਉਹ ਸਾਲਾਂ ਦਾ ਕਿੰਝ ਲੱਗੇ ਉਹ ਆਪਾਂ ਜੁਲਦੇ ਪਏ ਹਾਂ ਸਾਲਾਂ ਦੀ ਤਰਫ ਦੋਸਤੋ ਤੁਸੀਂ ਪਰੇਸ਼ਾਨ ਹੋ ਸੋ ਕਿ ਅਸੀਂ ਸਾਗ ਖੇਤਾਂ ਦੇ ਵਿੱਚ ਗਿੱਧੀ ਵੇਂਦੇ ਜੀ ਹਾਂ ਅੱਜ ਦਾ ਸਾਲਨ ਜਿਹੜਾ ਉਹ ਵੀ ਸਾਗ ਗੱਲ ਕਰ ਖੇਤਾਂ ਦੇ ਅੰਦਰ ਹੀ ਹੈ ਅਤੇ ਇਹ ਬਸ ਆਪਾਂ ਪਹੁੰਚਣ ਵਾਲੇ ਔਰ ਤੁਹਾਨੂੰ ਮੈਂ ਸਟੈਪ ਬਾਏ ਸਟੈਪ ਦਿਖਾ ਰਹੇ ਸਾਂ ਕਿ ਉਹ ਤੁਸੀਂ ਕਿਵੇਂ ਬਣਾਉਣੇ ਕਿਵੇਂ ਪੱਟਣੇ ਇਹ ਪਹੁੰਚ ਗਏ ਹਾਂ ਆਪਾਂ ਅਸੀਂ ਡੇਗੀ ਨੂੰ ਪਹਿਲੇ ਤਾਂ ਖੂਬਸੂਰਤ ਇਨਵਾਇਰਮੈਂਟ ਗਾਉਣ ਦੇ ਖੂਬਸੂਰਤ ਰੰਗ ਇੰਜੋਏ ਕਰੋ ਇਹ ਸਾਗ ਹੈ ਸਰਹਿਮ ਸਰੇਮ ਦਾ ਸਾਗ ਤੁਸੀਂ ਖਾਧੀ ਖੜੋ ਲੇਕਿਨ ਹੁਣ ਤੁਸੀਂ ਕਿਆ ਕਰਨੇ ਇਹ ਫੁੱਲੀ ਗੌਰ ਦੇ ਨਾਲ ਦੇਖੋ ਇਹ ਫੁੱਲਿਆਂ ਬਿਲਕੁਲ ਇੱਥੋਂ ਪੱਟ ਗਿਣਨੇ ਇਵੇਂ ਪਟੇਂਦੇ ਰਹੇ ਸੋ ਪਟੇਂਦੇ ਟਾਈਮ ਤਾਂ ਲੱਗਸੇ ਜਿਵੇਂ ਸਾਗ ਪਟੇਂਦੇ ਟਾਈਮ ਲੱਗ ਪੈਂਦੇ ਇਵੇਂ ਫੁੱਲੀ ਪਟੇਂਦੇ ਬੜਾ ਟਾਈਮ ਲੱਗ ਪੈਂਦੇ ਫੁੱਲੀ ਪੱਟ 'ਤੇ ਫਿਕੂ ਤੁਸੀਂ ਕਿਆ ਕਰਨੇ ਸੁਹਾਂਜਣਾ ਜਿਵੇਂ ਬਣੇ ਦੋ ਸੁਹਾਂਜਣਾ ਦੇ ਘਰ ਦੇ ਵਿੱਚ ਤਮਾਮ ਲੇਡੀਜ਼ ਬਣੇ ਰਹਿ ਵੇਂਦੇ ਹੋ ਸਨ ਅਤੇ ਜੈਂਟਸ ਕੋ ਹੀ ਬਾਰੇ ਪਤਾ ਕਹਿਣਾ ਸੋ ਆਪਣੇ ਭੈਣੀ ਭਰਾਵੇਂ ਘਰ ਵਾਲੀ ਅੰਮਾ ਬੀਬੀ ਜੈਨ ਨੂੰ ਪੁੱਛਣੇ ਪੁੱਛ ਗਏ ਸਨ ਅਤੇ ਇਹ ਫੁੱਲਿਆਂ ਪੱਟ 'ਤੇ ਬੜਕਾਵਣ ਤੋਂ ਬਾਅਦ ਉਹਦੇ ਵਿੱਚ ਜਿਹੜੀ ਵੀ ਮਿਕਸ ਕਰੋ ਆਲੂ ਜਾਂ ਕੋਈ ਗੋਸ਼ਤ ਮੁਰਗੀ ਚਿਕਨ ਮਟਨ ਕੋਈ ਚੀਜ਼ ਵੀ ਤੁਸੀਂ ਮਿਕਸ ਕਰ ਸਕਦੇ ਹੋ ਅਤੇ ਉਹ ਚੀਜ਼ ਬੜੇ ਸੋ ਔਰ ਟੇਸਟ ਕਰੇ ਸੋ ਬੜਾ ਹੀ ਯਾਰ ਇੰਤਹਾਈ ਮਜ਼ੇ ਦਾ ਸਾਲਨ ਬਰਸੇ ਅਗਰ ਪਸੰਦ ਨਾ ਆਵੇ ਨਾ ਤਾਂ ਪੈਸੇ ਵਾਪਸ ਇੱਕ ਦਫ਼ਾ ਤੁਸੀਂ ਇਹ ਫੁੱਲਿਆਂ ਪੱਟ ਅਤੇ ਘਰ ਦੇ ਵਿੱਚ ਸਾਲਨ ਬਣਵਾ ਦੇਖੋ ਬਹੁਤ ਹੀ ਜ਼ਿਆਦਾ ਤੁਹਾਨੂੰ ਪਸੰਦ ਆਉਂਦੀ ਸੀ ਅਗਰ ਪਸੰਦ ਨਾ ਆਵੇ ਨਾ ਤਾਂ ਮੇਰੀ ਵੀਡੀਓ 'ਤੇ ਆਤੇ ਮੇਰੇ ਚੈਨਲ ਕੋਲ ਲਾਜ਼ਮੀ ਤੁਸੀਂ ਅਨਸਬ ਕਰ ਵਜੇ ਇਤਨਾ ਇੰਤਹਾਈ ਲਜ਼ੀਜ਼ ਸਾਲਨ ਬਣਦੇ ਨਾ ਕਿਆ ਹੀ ਦੱਸਾਂ ਦੋਸਤੋ ਉਮੀਦ ਕਰਨਾ ਅੱਜ ਦੀ ਵੀਡੀਓ ਵੀ ਤੁਹਾਨੂੰ ਜ਼ਿਆਦਾ ਪਸੰਦ ਆਈ ਹੋਸੇ ਔਰ ਨਾਲੇ ਇਨਸ਼ਾਅੱਲਾ ਜਿਹੜੇ ਸਾਲਨ ਟੇਸਟ ਕਰੇ ਸੋ ਉਹਲੇ ਸਾਲਨ ਵੀ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਉਂਦੇ ਨਾਲੇ ਸਾਗ ਅਗਰ ਮੋਗੇ ਤਾਂ ਹੁਣ ਤੁਸੀਂ ਇਹ ਫੁੱਲਿਆਂ ਇੰਜੋਏ ਕਰਨੇ ਫੁੱਲਿਆਂ ਦਾ ਸਾਲਨ ਖਾਵਣੇ ਫੁੱਲਿਆਂ ਦੇ ਸਾਲਨ ਕੋ ਇੰਜੋਏ ਕਰਨੇ ਠੀਕ ਹੈ ਸੀ ਅਗਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇੱਕ ਲਾਈਕ ਕਮੈਂਟ ਅਤੇ ਸ਼ੇਅਰ ਕਰ ਦੇਸੋ ਤਾਂ ਕਿ ਤੁਹਾਡੇ ਦੂਜੇ ਦੋਸਤ ਵੀ ਵੀਡੀਓ ਦੇਖਣ ਔਰ ਇਹ ਸਾਲਨ ਇੰਜੋਏ ਕਰਨ ਬਹੁਤ ਜ਼ਿਆਦਾ ਸ਼ੁਕਰੀਆ ਅੱਲਾ ਹਾਫਿਜ਼।